ਗੱਡੀ ਭਾਈ 2005 ਮਾਡਲ ਆ ਇਹ ਪੰਜ ਮਾਡਲ ਹੈ ਇਹ ਘਰ ਦੀ ਆਪਦੀ ਗੱਡੀ ਸੀ ਹੈ ਨਾ ਕਿ ਓਵਰਆਲ ਗੱਡੀ ਤੇ ਕਿੰਨਾ ਕੁ ਖਰਚਾ ਕਰਤਾ ਭਾਈ ਸਾਡੇ ਕਿ 3 ਲੱਖ ਰੁਪਿਆ ਲੱਗਾ ਸਾਰੀ ਗੱਡੀ ਤੇ ਉੱਤੇ ਉੱਤੇ ਲਾਤਾ ਗੱਡੀ ਉੱਤੇ ਉੱਤੇ ਉਹਨੇ ਦੀ ਗੱਡੀ ਵੀ ਨਹੀਂ ਮੈਂ ਕਹਾ ਭਾਈ ਹਾਂਜੀ ਹਾਂਜੀ ਉਹ ਤਾਂ ਕਿੰਨਾ ਕੁ ਖਰਚਾ ਕਰਤਾ ਇਹ ਤੇ ਇਹ ਤਾਂ ਹੁਣ 2.5 ਲੱਖ ਰੁਪਏ ਦਾ ਇਹ 2.5 ਲੱਖ ਰੁਪਏ ਦਾ ਆਹ ਹੈ ਦਾ ਹੈ ਭਾਈ ਆ ਵੂਫਰ 22000 ਰੁਪਏ ਦੇ ਆ ਗਏ ਦੋ ਇਹ 22000 ਦੇ ਦੋ ਹਾਂਜੀ ਯਾਰ ਬਹੁਤ ਮਹਿੰਗੇ ਨੇ ਤੇ ਕੱਲੀ ਪੇਟੀ ਪੇਟੀ ਇਹ 10000 ਰੁਪਏ ਦੀ ਆ 10000 ਦੀ ਪੇਟੀ ਆ ਹਾਂਜੀ ਕੱਲੀ ਇਹ ਮਤਲਬ ਆਪਾਂ ਆਪ ਕਸਟਮਾਈਜ਼ ਕੀਤੀ ਆ ਪੇਟੀ ਭਾਈ ਕਾਪਰ ਦੀਆਂ ਤਾਰਾਂ ਪਾਈਆਂ ਇਹ ਪਲੱਗ ਆ ਇਹ ਹਾਂ ਬਸ ਪਲੱਗ ਐਂਡ ਪਲੇ ਆ ਜੇ ਤੁਸੀਂ ਕੱਲ ਨੂੰ ਕਿਤੇ ਜਾਣਾ ਹੋਵੇ ਕੁਝ ਰੱਖਣਾ ਹੋਵੇ ਸਮਾਨ ਇਹ ਤੁਸੀਂ ਪਲੱਗ ਕੱਢ ਕੇ ਆਪਣੇ ਘਰ ਪੇਟੀ ਰੱਖ ਕੇ ਤੇ ਕੁਝ ਵੀ ਰੱਖ ਸਕਦੇ ਹੋ ਵਿੱਚ ਅੱਛਾ ਆਹ ਨਾ ਰੱਖੇ ਇਹ ਡੈਬੋਨਸ ਦੀਆਂ ਆਪਾਂ ਐਪੀ ਕਲੋਸ ਦੀਆਂ 8 ਇੰਚ ਮਿੱਡਾਂ ਲਾਈਆਂ ਇਹ ਕਿੰਨੇ ਦੀ ਆਉਂਦੀ ਹੈ ਇੱਕ ਇਹ ਭਾਈ 14000 ਰੁਪਏ ਦੀ ਜੋੜੀ ਹੈਗੀ ਅੱਛਾ ਉਹ ਉੱਪਰ ਤਾਰੇ ਲੱਗੇ ਨੇ ਗੱਡੀ ਦੇ ਇਹ ਜਿਵੇਂ ਅੱਛਾ ਆਹ ਲੱਗੇ ਨੇ ਉੱਤੇ ਹਾਂਜੀ ਤੁਸੀਂ ਇਹਦਾ ਵਿਊ ਰਾਤ ਨੂੰ ਦੇਖ ਸਕਦੇ ਹੋ ਤਾਰਾ ਟੁੱਟਦਾ ਇੱਚ ਅੱਛਾ ਹਾਂਜੀ ਤੇ ਪੈਸੇ ਕਿੱਥੋਂ ਆਉਂਦੇ ਨੇ ਯਾਰ ਇਹ ਲਾਉਣ ਨੂੰ ਭਾਈ ਕਾਰ ਤੋਂ ਹੀ ਘਰ ਦੇ ਦਿੰਦੇ ਆ ਫਿਰ ਹੋਰ ਭਾਈ ਮਹਿੰਗਾ ਸੌਦਾ ਯਾਰ ਮੇਰੇ ਘਰੇ ਹੁੰਦੀ ਸੀ ਕੇਟਾਂ ਸਾਡੇ ਤਾਏ ਵਾਲੀ ਸੈਂਟਰ ਉਹ 1 ਲੱਖ ਰੁਪਏ ਦੀ ਲੈ ਕੇ ਆਈ ਸੀ ਅਸੀਂ ਸੈਕਿੰਡ ਹੈਂਡ 3 ਲੱਖ ਰੁਪਇਆ ਗੱਲਬਾਤ ਐਂ ਆ ਕਮੈਂਟ ਕਰਨ ਵਾਲੇ ਭਾਵੇਂ ਜੋ ਮਰਜ਼ੀ ਮਾੜਾ ਕਹੀ ਜਾਣ ਮਿੱਤਰੋ ਇਹ ਵੀ ਸ਼ੌਂਕ ਆ ਇਹ ਬਲੱਡ 'ਚ ਨੇ ਸਾਡੇ ਪੰਜਾਬੀਆਂ ਦੇ ਕਿ ਸਾਨੂੰ ਗੱਡੀਆਂ ਦਾ ਗੱਡ ਖਾਣੇ ਦਾ ਸ਼ੌਂਕ ਬਾਹਲਾ ਆ ਇਹ ਘੋੜੇ ਨੇ ਯਾਰ ਸਾਡੇ ਹਾਂਜੀ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਬਾਈ ਖੜੇ ਆ ਸ਼ਹਿਰ ਜਲੰਧਰ ਦੇ ਵਿੱਚ ਤੇ ਨਾ ਇੱਕ ਆਪਣਾ ਬਾਈ ਆ ਘਰੇ ਤੇ ਕਿ ਕਦੀ ਕਦੀ ਮਿਲਦਾ ਹੁੰਦਾ ਆਪਾਂ ਨੂੰ ਤਾਂ ਮੈਂ ਦੇਖਦਾ ਸੀ ਯਾਰ ਇਹਦੇ ਨਾਲ ਦੀ ਗੱਡੀ ਕਿਸੇ ਟਾਈਮ ਸਾਡੇ ਘਰੇ ਖੜੀ ਹੁੰਦੀ ਸੀ ਸੈਂਟਰੋ ਇਹ ਤੋਂ ਪੁਰਾਣੇ ਵਾਲਾ ਮਾਡਲ ਇਹ ਤਾਂ ਜਿੰਗ ਮਾਡਲ ਆ ਤੇ ਅੱਜ ਕੱਲ੍ਹ ਇਹ ਗੱਡੀ ਤੁਹਾਨੂੰ 80-85 ਹਜ਼ਾਰ 90 ਹਜ਼ਾਰ ਜਾਂ 1 ਲੱਖ ਰੁਪਈਏ ਦੇ ਵਿੱਚ ਮਿਲ ਜਾਂਦੀ ਆ ਪਤੰਦਰ ਨੇ ਜਦੋਂ ਗੱਡੀ ਦੀ ਤਾਕੀ ਖੋਲ੍ਹੀ ਮੈਂ ਉਦੋਂ ਦੇਖਿਆ ਮੈਂ ਕਿਹਾ ਇਹ ਅੰਦਰ ਪਤੰਦਰ ਇੱਕ ਸਵਿਫਟ ਗੱਡੀ ਰੱਖੀ ਫਿਰਦਾ ਮਤਲਬ ਕਿ 2.5-3 ਲੱਖ ਰੁਪਈਆ ਇਹਦੀ ਗੱਡੀ ਦੇ ਅੰਦਰ ਲੱਗਿਆ ਆ ਮੈਂ ਤੁਹਾਨੂੰ ਦਿਖਾਉਣਾ ਗੱਲ ਸ਼ੌਂਕ ਦੀ ਆ ਹੈ ਤਾਂ ਮੁੰਡਾ ਆਪਣਾ ਸ਼ੋਰ ਜਿਹਾ ਹੀ ਆ ਉਦਾਂ ਕ੍ਰਿਤਿਕ ਹੈ ਜਟਾ ਕਿਵੇਂ ਆ ਵਧੀਆ ਭਾਈ ਇਹ ਆਪਣੇ ਮਿੱਤਰ ਦੀ ਗੱਡੀ ਦਿਖਾਉਣੀ ਆ ਤੁਹਾਨੂੰ ਇਹ ਜਲੰਧਰ ਸ਼ਹਿਰ ਦੇ ਵਿੱਚ ਇਹਨਾਂ ਦਾ ਸਾਰਾ ਗਰੁੱਪ ਜਿਹਾ ਆ ਉਹ ਕਿਹੜੀਆਂ ਗੱਡੀਆਂ ਨੇ ਤੁਹਾਡੇ ਕੋਲ ਜੋਕਰ ਵਾਲੇ ਆਪਣਾ ਗਰੁੱਪ ਹੈਗਾ ਅੱਛਾ ਆਪਣੇ ਗੱਡੀਆਂ ਬਲੀਨੋ ਆ ਇਕੋ ਸਪੋਰਟ ਆ ਹੋਂਡਾ ਸਿਟੀ ਆ ਹੋਰ ਬਹੁਤ ਗੱਡੀਆਂ ਬਲੀਨੋ ਹੋਰ ਬਹੁਤ ਗੱਡੀਆਂ ਹੈਗੀਆਂ ਜਿਵੇਂ ਜਟਾ ਆਹ ਗੱਡੀ ਆ ਹਾਂਜੀ ਹਾਂਜੀ ਆਪਾਂ ਗੱਲ ਕਰਦੇ ਸੀ ਮੈਂ ਕਿਹਾ ਇਹ ਤਾਂ 1 ਲੱਖ ਰੁਪਏ ਦੀ ਵੀ ਮਿਲ ਜਾਂਦੀ ਆ ਹੈ ਤੇ ਜਿੰਨੇ ਕਿਤੇ ਬੰਦਾ ਸਵਿਫਟ ਲੈ ਦਿੰਦਾ ਸੈਕਿੰਡ ਹੈਂਡ ਮਾਰਕੀਟ ਦੇ ਵਿੱਚ ਖੜੀ ਹੋ ਉਹਨੇ ਦੀ ਤਾਂ ਇਹ ਕੱਲੀ ਇਹਦੇ ਅੰਦਰ ਹੀ ਅੰਦਰ ਲੱਗੇ ਪਏ ਨੇ ਹੈ ਪੈਸੇ ਲੱਗੇ ਹੋਏ ਨੇ ਵੈਸੇ ਗੱਡੀ ਕਦੋਂ ਲਈ ਸੀਗੀ ਗੱਡੀ ਭਾਈ 2005 ਮਾਡਲ ਆ ਇਹ 5 ਮਾਡਲ ਹੈ ਇਹ ਘਰ ਦੀ ਆਪਦੀ ਗੱਡੀ ਸੀ ਹੈ ਨਾ ਤੇ ਇਹ ਫੇ ਆ ਕੇ ਤਾਂ ਸੋਚ ਲੈ ਗਈ ਯਾਰ ਆਹ ਜਗਾੜ ਜਾਂ ਕਰਦੀ ਹੈ ਚੱਕ ਕੇ ਹੈ ਭਾਈ ਇਹ ਬਸ ਵੀਡੀਓ ਵਗੈਰਾ ਦੇਖ ਕੇ ਤੇ ਆਪਣਾ ਮਾਈਂਡ ਸੈਟਅਪ ਥੋੜਾ ਕਰਕੇ ਤਾਂ ਕੀਤਾ ਸੀ ਬਈ ਇੱਕ ਚੀਜ਼ ਆ ਮੈਂ ਪਹਿਲੀ ਦੱਸ ਦਿੰਦਾ ਇਹੋ ਜੀ ਗੱਡੀ ਇਹ ਸੈਂਟਰੋ ਜਿੰਗ ਓਨਲੀ ਬਨ ਇਨ ਇੰਡੀਆ ਇਹ ਹੈ ਹਾਂਜੀ ਇਦਾਂ ਹੀ ਆ ਹਾਂਜੀ ਹਾਂਜੀ ਵੈਸੇ ਭਾਈ ਹੁਣ ਜੇ ਆਪਾਂ ਪੂਰਾ ਦੱਸਣਾ ਹੋਵੇ ਇਹਦੇ ਅੰਦਰ ਕੀ ਕੀ ਕੀਤਾ ਗੱਡੀ ਦੇ ਭਾਈ ਆਪਾਂ ਮੂਨਲਾਈਟ ਲਾਈ ਆ ਮੂਨਲਾਈਟ ਮਤਲਬ ਤਾਰੇ ਹੁੰਦੇ ਜਿੱਦਾਂ ਦੇਖ ਲਓ ਤੁਸੀਂ ਅੱਛਾ ਉਹ ਉੱਪਰ ਤਾਰੇ ਲੱਗੇ ਨੇ ਗੱਡੀ ਦੇ ਇਹ ਜਿਵੇਂ ਅੱਛਾ ਆਹ ਲੱਗੇ ਨੇ ਉੱਤੇ ਤੁਸੀਂ ਇਹਦਾ ਵਿਊ ਰਾਤ ਨੂੰ ਦੇਖ ਸਕਦੇ ਹੋ ਅੱਛਾ ਇਹ ਰਾਤ ਨੂੰ ਵਧੀਆ ਦਿਖਦੇ ਨੇ ਹਨਾ ਮੈਂ ਦਿਨੇ ਵੀ ਤਾਰੇ ਦੇਖਦੇ ਇੱਥੇ ਹੈ ਹਾਂਜੀ ਅੱਛਾ ਠੀਕ ਆ ਤਾਰਾ ਟੁੱਟਦਾ ਇੱਚ ਅੱਛਾ ਹਾਂਜੀ ਤੇ ਯਾਰ ਇੱਕ ਤਾਂ ਜਿੱਟਾ ਆਹ ਲਾਇਆ ਹੋਇਆ ਹਨਾ ਹਾਂਜੀ ਤੇ ਆ ਤਾਰੇ ਜੇ ਤੋਂ ਦਾ ਖਰਚਾ ਕਿੰਨਾ ਕੁ ਆਉਂਦਾ ਲਾਉਣ ਦਾ ਭਾਈ ਇਹੀ ਕਿ 20000 ਰੁਪਏ ਆਈ ਜਾਂਦਾ ਤਾਰੇ ਜੇ ਲਾਉਣ ਦਾ ਹੀ ਹਾਂਜੀ ਹਾਂਜੀ ਅੱਛਾ ਮਤਲਬ ਲਵਾਉਣ ਨੂੰ ਕੋਈ ਵੀ ਲਵਾ ਸਕਦਾ ਹਾਂਜੀ ਹਾਂਜੀ ਤੇ ਜਿਵੇਂ ਯਾਰ ਆਹ ਸੀਟ ਸਿੱਟੀ ਹੋਈ ਹੈ ਉਹ ਵਿਕੀ ਉਰੇ ਆ ਜੱਟਾ ਆਹ ਦਿਖਾਈ ਯਾ ਆ ਐਂਪ ਉਂਪ ਜੇ ਚੰਗੇ ਲਾ ਰੱਖੇ ਨੇ ਇਹਦੇ ਵਿੱਚ ਇਹ ਬਾਹਲਾ ਮਹਿੰਗਾ ਸਿਸਟਮ ਨਹੀਂ ਹੈਗਾ ਹਾਂਜੀ ਹਾਂਜੀ ਉਹ ਕਿੰਨਾ ਖਰਚਾ ਕਰਦਾ ਇੱਥੇ ਇਹ ਤਾਂ ਹੁਣ 2.5 ਲੱਖ ਰੁਪਏ ਦਾ ਇਹ 2.5 ਲੱਖ ਰੁਪਏ ਦਾ ਆਹ ਹੈ ਇਹ ਬਈ ਇਹ ਜੇ ਪੂਰਾ ਆਪਾਂ ਐਕਸਪਲੇਨ ਕਰ ਦਈਏ ਇਹਨੂੰ ਕਿ ਇਹ ਹੈਗਾ ਕੀ ਆ ਭਾਈ ਆ 4-channel ਅਲਪਾਈਨ ਦਾ ਐਂਪ ਆ ਆਹਾ ਤੇ ਆ ਰੋਕਫੋਰਡ ਮੋਨੋ ਐਂਪ ਆ ਹਾਂ ਤੇ ਇੱਕ ਕੈਪੈਸਟਰ ਆ ਆਹਾ ਹਾਂਜੀ ਇਹ ਬੈਟਰੀ ਕਰਦਾ ਇਹ ਬੈਟਰੀ ਮਤਲਬ ਕਿ ਵੋਲਟੇਜ ਪੂਰੀ ਫੁੱਲ ਦਿੰਦਾ ਅੱਛਾ ਇਹ ਬੈਟਰੀ ਤਾਂ ਪੂਰਾ ਯਾਰ ਜਾਨ ਖਿੱਚ ਲੈਂਦਾ ਹਾਂ ਜੀ ਖਿੱਚ ਲੈਂਦਾ ਹਾਂ ਤੇ ਇੱਕ ਅਲਪਾਈਨ ਦਾ 4-channel 2 ਅਲਪਾਈਨ ਦਾ ਐਂਪ ਹੈ ਤੇ ਇਹ ਕੰਮ ਕੀ ਕਰਦੇ ਨੇ ਫਿਰ ਭਾਈ ਆ ਦੋ ਜਿਹੜੇ ਅਲਪਾਈਨ ਦੇ 4-channel ਐਂਪ ਲੱਗੇ ਆ ਇਹ ਸਪੀਕਰ ਤੇ ਮਿੱਡਾਂ ਨੂੰ ਲੱਗੇ ਆ ਸਪੀਕਰ ਤੇ ਆਹਾ ਲੱਗੇ ਨੇ ਹਾਂਜੀ ਤੇ ਮਿੱਡਾਂ ਅੱਗੇ ਦਰਵਾਜ਼ਿਆਂ ਚ ਲਾਈਆਂ ਆਪਾਂ ਕਟਿੰਗ ਕਰਕੇ 8 ਇੰਚੀ ਉਹ ਦਰਵਾਜ਼ਿਆਂ ਚ ਜਿਹੜੇ ਉਹ ਸਪੀਕਰ ਜੇ ਵੱਡੇ ਵੱਡੇ ਲਾ ਹਾਂਜੀ 8 ਇੰਚੀ 8 ਇੰਚ ਦੇ ਸਪੀਕਰ ਲਾ ਰੱਖੇ ਨੇ ਮਿੱਡਾਂ ਡੈਬੋਂਸ ਦੀਆਂ ਇਹਨੂੰ ਮਿੱਡ ਕਹਿੰਦੇ ਨੇ ਹਾਂਜੀ ਡੈਬੋਂਸ ਦੇ ਡੈਬ ਡੈਫਬੋਨਸ ਡੈਫਬੋਨਸ ਹੈ ਅੱਛਾ ਉਹ ਕੰਪਨੀਆਂ ਲੱਗੀਆਂ ਨੇ ਮਹਿੰਗਾ ਸਮਾਨ ਆ ਥੋੜਾ ਹਾਂਜੀ ਹਾਂਜੀ ਤੇ ਮਤਲਬ ਇਹ ਜਿਹੜਾ ਐਂਪ ਆ ਜੇ ਆਪਾਂ ਇਕੱਲੇ ਐਂਪ ਦੀ ਗੱਲ ਕਰਦੇ ਇੱਕ ਹਾਲ ਪੈਂਦਾ ਇਹ ਕਿੰਨੇ ਦਾ ਹੋਊਗਾ ਇਹ ਭਾਈ ਅੱਜ ਦੇ ਰੇਟ 'ਚ 11000 ਰੁਪਏ ਦਾ ਹੈਗਾ ਐਂਪ 11000 ਦਾ ਇਹ ਆ ਫਿਰ ਆਹਾ ਜਗਾੜ ਜਾ ਭਾਈ ਇਹ 5000 ਰੁਪਏ ਦਾ ਹੈਗਾ 5000 ਦਾ ਇਹ ਤੇ ਜਿਹੜੇ ਆਹਾ ਸਪੀਕਰ ਜਿਲਾ ਰੱਖੇ ਇਹ ਭਾਈ 20000 ਰੁਪਏ ਦੇ ਆ 20000 ਦੇ ਆ ਟੰਗੇ ਨੇ ਹਾਂਜੀ ਤੇ ਫਿਰ ਯਾਰ ਆ ਡਿੱਗੀ ਦੇ ਵਿੱਚ ਤਾਂ ਯਾਰ ਤੁਸੀਂ ਲਫਾਫਾ ਰੱਖਣ ਨੂੰ ਵੀ ਥਾਂ ਨਹੀਂ ਛੱਡਣੀ ਹਾਂਜੀ ਹਾਂਜੀ ਇਹ ਕੀ ਆ ਇਹ ਭਾਈ ਪੇਟੀ ਆ ਪੂਰੀ ਬੂਫਰ ਵੀ ਲਾਏ ਆਪਾਂ ਤੁਹਾਨੂੰ ਦਿਖਾਉਂਦੇ ਆ ਡਿੱਗੀ ਖੋਲ ਕੇ ਹਾਂਜੀ ਉਹ ਖੋਲਿਓ ਤਾਂ ਭਾਈ ਡਿੱਗੀ ਫਿਰ ਇਹਦੇ ਵਿੱਚ ਕੀ ਆ
ਮੈਂ ਕਹਿੰਦਾ ਜੱਟੋ ਇਹ ਆਪਣੇ ਵਾਲੇ ਬੰਦੇ ਹੈਗੇ ਨੇ ਪੂਰੇ ਜਗਾੜੀ ਹੈ। ਮੈਂ ਦੇਖਦਾ ਸੀ, ਮੈਂ ਕਿਹਾ ਯਾਰ ਇਹਦੀ ਗੱਡੀ ਨਾ ਬਾਹਰੋਂ ਤੁਹਾਨੂੰ ਬਾਹਰੋਂ ਸਿੰਪਲ ਲੱਗਦੀ, ਅੰਦਰ ਦਾ ਪਤਾ ਅੰਦਰ ਬਰੋਲਾ ਰੱਖੀ ਫਿਰਦੇ ਨੇ ਇਹਦੇ ਹੈ ਯਾਰ। ਬਹੁਤ ਉਹ ਘੈਂਟ ਜਿਹਾ ਸਿਸਟਮ ਬਣਾ ਰੱਖਿਆ ਆ ਯਾਰ। ਐਂ ਕਰਦੇ ਕਹਿੰਦੇ ਨੇ ਕਿ ਆਹ ਕੀ ਡੀ ਜੇ ਜਾਂ ਚੱਕੀ ਫਿਰਦੇ ਹੋ ਨਾਲ ਆਪਦੇ ਆਪਣਾ ਸ਼ੌਂਕ ਕਿ ਨਾਲ ਦਿਆਂ ਨੇ ਵੀ ਇਹੋ ਜਿਹੇ ਬਣਾ ਰੱਖੇ ਭਾਈ, ਨਾਲ ਦਿਆਂ ਨੇ ਵੀ ਇੱਦਾਂ ਦੇ ਬਣਾ ਰੱਖੇ ਆ। ਹਾਂਜੀ, ਤੇ ਪੈਸੇ ਕਿੱਥੋਂ ਆਉਂਦੇ ਨੇ ਯਾਰ ਇਹ ਲਾਉਣ ਨੂੰ ਭਾਈ? ਕਾਰ ਤੋਂ ਹੀ, ਘਰ ਦੇ ਦੇ ਦਿੰਦੇ ਆ ਫਿਰ ਭਾਈ। ਮਹਿੰਗਾ ਸੌਦਾ ਯਾਰ ਇਹ, ਇਹ ਆ ਕਿੰਨੇ ਕੁ ਦਾ ਸੌਦਾ ਹੈ ਭਾਈ? ਆ ਵੂਫਰ 22,000 ਰੁਪਏ ਦੇ ਆ ਗਏ ਦੋ, ਇਹ 22,000 ਦੇ ਦੋ। ਹਾਂਜੀ ਯਾਰ ਬਹੁਤ ਮਹਿੰਗੇ ਨੇ, ਤੇ ਇਕੱਲੀ ਪੇਟੀ ਪੇਟੀ ਇਹ 10,000 ਰੁਪਏ ਦੀ ਆ। 10,000 ਦੀ ਪੇਟੀ ਆ? ਹਾਂਜੀ ਇਕੱਲੀ। ਇਹ ਮਤਲਬ ਆਪਾਂ ਆਪ ਕਸਟਮਾਈਜ਼ ਕੀਤੀ ਆ ਪੇਟੀ? ਕਸਟਮਾਈਜ਼ ਮਤਲਬ ਕੀ ਯਾਰ? ਇੱਕ ਤਾਂ ਆਪ ਬਣਾਈ ਆਪਾਂ, ਇੱਕ ਤਾਂ ਨੋਰਮਲ ਆਉਂਦੀ ਹੈ ਪੇਟੀਆਂ। ਹਾਂਜੀ ਉਹ ਤਾਂ ਹੁੰਦਾ ਕਿ ਵਿੱਚ ਬੂਫਰ ਫਿੱਟ ਕਰਤਾ ਉਹ ਚੱਲੀ ਜਾਂਦਾ। ਹਾਂਜੀ ਕਸਟਮ ਦਾ ਮਤਲਬ ਕੀ? ਮਤਲਬ ਆਪਾਂ ਇੱਥੇ ਲੋਹੇ ਦੀਆਂ ਰੋਡਾਂ ਲਾਈਆਂ। ਹਾਂ ਅੰਦਰ। ਹਾਂਜੀ ਅੰਦਰ ਲੋਹੇ ਦੀ ਰੋਡ ਪਾਈ ਆ, ਆਪ ਪੇਂਟ ਕੀਤੀ ਆ, ਆਪ ਕੱਪੜਾ ਲਾਇਆ ਤੇ ਆ ਲਾਈਟਿੰਗ ਲੋਡਿੰਗ ਆਪਾਂ ਸਭ ਆਪ ਕੀਤੀ ਆ। ਯਾਰ ਦੂਜਾ ਤਾਂ ਆਪਾਂ ਦੇਖਦੇ ਹੋ ਹੋਲ ਜਿਹਾ ਛੋਟਾ ਹੁੰਦਾ ਹੈ, ਉਹ ਵੀ ਕਿਉਂ ਰਿਹਾ ਕੇ ਦਿਖਾਈ ਜਿੱਦਾਂ ਆਪਣਾ ਬੋਰ ਖੁੱਲਾ ਛੱਡਿਆ ਹੁੰਦਾ ਆਪਾਂ ਮੋਟਰ ਵਾਲਾ, ਇਹ ਤਾਂ ਯਾਰ ਐਡਾ ਮੋਟਾ ਛੱਡਿਆ ਹੋਇਆ। ਹਾਂਜੀ ਹਾਂਜੀ ਭਾਈ, ਆ ਬੇਸ ਲੱਗੀ ਆ ਇਸ ਲਈ ਇਹਦਾ ਪੰਚ ਪੂਰਾ ਖੁੱਲ ਕੇ ਨਿਕਲੇ। ਅੱਛਾ ਇਹਦੇ ਨਾਲ ਬੇਸ ਬਣਦੀ ਆ? ਹਾਂਜੀ ਪੰਚ ਪੂਰਾ ਖੁੱਲ ਕੇ ਨਿਕਲੇ। ਇਹ ਸਾਇੰਸ ਹੁੰਦੀ ਆ ਕਿ ਇਦਾਂ ਕਿ ਐਦਾਂ ਚੱਲੂਗਾ ਤਾਂ ਬੇਸ ਬਣੂਗੀ? ਨਹੀਂ ਨਹੀਂ ਭਾਈ, ਇੱਥੋਂ ਹਵਾ ਜਿਹੜੀ ਆ, ਹਵਾ ਇੱਥੋਂ ਨਿਕਲਦੀ ਜਿਹੜੀ ਇੱਥੋਂ। ਅੱਛਾ ਜੀ ਉਹਦੇ ਲਈ ਆ ਜਿਹੜੀ ਬੇਸ ਆਪਾਂ ਮੰਗਦੇ? ਭਰਾਵਾ ਇਹ ਤਾਂ ਬਹੁਤ ਕੁਛ ਮੰਗਦੇ ਆ, ਇਹ ਮਹਿੰਗੇ ਸੌਦੇ ਵਾਲੇ ਨੇ। ਤੇ ਜਿਵੇਂ ਨਾ ਤੁਹਾਡੀਆਂ ਤਾਰਾਂ ਤੂਰਾਂ ਵਾਲੀਆਂ ਮੋਟੀਆਂ ਲਾ ਰੱਖੀਆਂ ਨੇ ਇਹਨੂੰ ਜੱਟਾ? ਇਹ ਭਾਈ ਕਾਪਰ ਦੀਆਂ ਤਾਰਾਂ ਪਾਈਆਂ, ਇਹ ਪਲੱਗ ਆ ਇਹ। ਹਾਂ ਬਸ ਪਲੱਗ ਐਂਡ ਪਲੇ ਆ, ਜੇ ਤੁਸੀਂ ਕੱਲ ਨੂੰ ਕਿਤੇ ਜਾਣਾ ਹੋਵੇ ਕੁਛ ਰੱਖਣਾ ਹੋਵੇ ਸਮਾਨ, ਇਹ ਤੁਸੀਂ ਪਲੱਗ ਕੱਢ ਕੇ ਆਪਣੇ ਘਰ ਪੇਟੀ ਰੱਖ ਕੇ ਤਾਂ ਕੁਛ ਵੀ ਰੱਖ ਸਕਦੇ ਹੋ ਵਿੱਚ। ਅੱਛਾ ਇਹ ਤਾਂ ਲਾ ਰੱਖੇ, ਪਰ ਯਾਰ ਨੋਰਮਲੀ ਤਾਂ ਮੈਂ ਦੇਖਦਾ ਉਹ ਦੂਜੇ ਹੁੰਦੇ ਨੇ ਸਵਿੱਚ, ਇਹ ਵਧੀਆ ਸਵਿੱਚ ਆ, ਇਹ ਬਾਹਲੇ ਮੋਟੇ। ਹਾਂਜੀ ਵਧੀਆ ਵਾਲੇ, ਤੇ ਖਰਚਾ ਵੀ ਆਉਂਦਾ ਉਹ ਇੱਥੇ ਜ਼ਿਆਦਾ? ਹਾਂਜੀ 600 ਰੁਪਏ ਦਾ ਹੈਗਾ ਇੱਕ, 600 ਰੁਪਏ ਦਾ ਸੋਚੇ ਹੀ ਹੈ ਕਿ ਜਿਹੜਾ ਲਾਉਣੇ ਆਪਾਂ ਕੱਢਣ ਪਾਉਣ ਵਾਲਾ ਹੈ। ਤੇ ਫਿਰ ਇਹ ਇਹ ਸਾਰਾ ਕੁਝ ਚਲਾਉਣ ਨੂੰ ਜੱਟਾ ਫਿਰ ਉਹ ਵਾਇਰਿੰਗ ਵੀ ਲੱਗਦੀ? ਹਾਂਜੀ ਵਾਇਰਿੰਗ। ਹਾਂਜੀ ਫਿਰ ਉਹ ਕਿ ਉਹ ਕੀ ਸਿਸਟਮ ਲੱਗਦਾ ਫਿਰ ਗੱਡੀ? ਉਹ ਵਾਇਰਿੰਗ ਸਾਰੀ ਕਾਪਰ ਦੀ ਹੋਈ ਆ, ਜ਼ੀਰੋ ਗੇਜ ਵਾਲੀ। ਜ਼ੀਰੋ ਗੇਜ ਵਾਲੀ? ਹਾਂਜੀ ਕਾਪਰ ਦੀ, ਕਾਪਰ ਦੀ। ਆਹਾ ਹਾਂਜੀ, ਤੇ ਉਹਦਾ ਫਿਰ ਬੈਨੀਫਿਟ ਕੀ ਹੁੰਦਾ ਮਤਲਬ? ਭਾਈ ਜਿੱਦਾਂ ਕਈਆਂ ਦੇ ਫਿਊਜ਼ ਉੱਡ ਜਾਂਦੇ ਆ, ਸਪਾਰਕ ਹੋ ਜਾਂਦੀ ਆ, ਕਈਆਂ ਦੀ ਗੱਡੀ ਨੂੰ ਅੱਗ ਲੱਗ ਜਾਂਦੀ ਆ, ਕਈਆਂ ਦਾ ਸਿਸਟਮ ਚੱਲਦਾ ਬੰਦ ਹੋ ਜਾਂਦਾ, ਇਹ ਚੀਜ਼ ਨਹੀਂ ਹੁੰਦੀ ਇਹ 'ਚ? ਇਹਦੇ 'ਚ ਜਮਾਂ ਹੀ ਨਹੀਂ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਕਰਦੀ? ਹਾਂ ਹਾਂਜੀ, ਤੇ ਜਿੱਦਾਂ ਇਹ ਲੈ ਕੇ ਤੁਰਿਆ ਹੁੰਦਾ ਜਿਵੇਂ ਜਲੰਧਰ ਦੇ ਵਿੱਚ ਨਾ, ਇਹ ਸ਼ਹਿਰ ਦੇ ਵਿੱਚ ਹੀ ਹੁੰਦੇ ਉਹ, ਜਦੋਂ ਦੇਖੋ ਕਿ ਘੁੰਮਦੇ ਫਿਰਦੇ ਰਹਿੰਦੇ ਨੇ ਰੌਂਡੀਆਂ ਜੀਆਂ ਤੇ ਹੈ। ਇਹਦਾ ਮੁੰਡੇ ਜੀ ਆਪਣੀ ਉਮਰ ਦੇ ਨਹੀਂ ਕਹਿੰਦੇ ਭਾਈ ਗੱਡੀ ਦੇ ਦੇ ਸਾਨੂੰ? ਨਹੀਂ ਨਹੀਂ ਭਾਜੀ, ਹਾਂ ਦੇਣੀ ਨਹੀਂ? ਨਹੀਂ ਦੇਣੀ ਭਾਜੀ, ਹਾਂ ਪੈਸੇ ਬਹੁਤ ਲੱਗੇ ਭਾਜੀ। ਕਿ ਓਵਰਆਲ ਗੱਡੀ ਤੇ ਕਿੰਨਾ ਕੁ ਖਰਚਾ ਕਰਤਾ ਭਾਈ? 3.5 ਲੱਖ ਰੁਪਇਆ ਲੱਗਾ ਸਾਰੀ ਗੱਡੀ ਉੱਤੇ ਉੱਤੇ ਲਾਤਾ ਗੱਡੀ ਉੱਤੇ ਉੱਤੇ, ਉਹਨੇ ਦੀ ਗੱਡੀ ਵੀ ਹੈ ਨਹੀਂ। ਮੈਂ ਕਿਹਾ ਭਾਈ ਹਾਂ ਬਹੁਤ ਮਹਿੰਗਾ ਕੰਮ ਕਰ ਰੱਖਿਆ ਯਾਰ ਤੁਸੀਂ। ਇੱਕ ਆਪਣਾ ਪ੍ਰਦੀਪ ਬਾਈ ਹੈ ਜਿਹੜਾ? ਹਾਂਜੀ ਹਾਂਜੀ, ਇਹ ਸਾਰੇ ਇਹ ਸਾਰਾ ਇਹਨਾਂ ਦੀ ਦੁਕਾਨ ਹੈ, ਸਾਰਾ ਸਿਸਟਮ ਦਾ ਕੰਮ ਕਰਦੇ, ਸਾਰਾ ਉਹ ਕਰਦਾ ਇਹ, ਉਹ ਕੰਮ ਕਰਦੇ ਆ। ਨੀਅਰ ਚੀਮਾ ਚੌਂਕ ਮਿੱਠਾਪੁਰ ਚੌਂਕ ਸਾਊਂਡ ਅਫੇਅਰ ਤੋਂ ਨਾਮ ਤੋਂ ਦੁਕਾਨ ਆ। ਅੱਛਾ ਇਹ ਬੰਦਾ ਚੱਕ ਕੇ ਰੱਖਦਾ ਤੁਹਾਡੇ ਕੰਮ ਨੂੰ? ਇਹ ਕੰਮ ਚੱਕ ਕੇ ਰੱਖਦਾ। ਅੱਛਾ ਆਹ ਲਾ ਰੱਖੇ, ਇਹ ਡੈਬੋਨ ਦੀਆਂ ਆਪਾਂ ਐਪੀਕਲੋਸ ਦੀਆਂ 8 ਇੰਚ ਮਿੱਡਾਂ ਲਾਈਆਂ। ਇਹ ਕਿੰਨੇ ਦੀ ਆਉਂਦੀ ਇੱਕ? ਇਹ ਭਾਈ 14,000 ਰੁਪਏ ਦੀ ਜੋੜੀ ਹੈਗੀ। ਇਹ 14,000 ਦਾ ਇੱਕ ਸਪੀਕਰ ਆ? ਹਾਂਜੀ, ਇੱਕ ਉੱਧਰ ਇੱਕ ਜੋੜੀ। ਇੰਨੇ ਕੁ ਦਾ ਬੂਫਰ ਕੰਪਲੀਟ ਬਣ ਜਾਂਦਾ ਗੱਡੀ ਦਾ ਹੈ? ਬਹੁਤ ਭਾਈ ਇਹ ਹਾਈ ਐਂਡ ਸਿਸਟਮ ਤੇ ਚੱਲ ਜਾਂਦਾ ਯਾਰ, ਬਹੁਤ ਜ਼ਿਆਦਾ ਹਾਈ ਐਂਡ ਚੱਲ ਜਾਂਦਾ। ਇਕੱਲਾ ਬੰਦਾ ਸੁਣ ਦੂ ਅੰਦਰ ਬੈਠ ਕੇ ਬਾਈ? ਭਾਈ ਸੁਣੀ ਦਾ ਹੁਣ ਤਾਂ ਆਦਤ ਹੈ। ਹਾਂ ਔਖਾ ਕੰਮ ਆ, ਇਹ ਵੀ ਨਸ਼ਾ ਆ ਯਾਰ, ਨਸ਼ਾ ਆ ਇਹ ਚੀਜ਼ਾਂ ਦਾ, ਸਾਊਂਡ ਦਾ ਨਸ਼ਾ ਆ, ਸਾਊਂਡ ਦਾ। ਇੱਕ ਤਾਂ ਯਾਰ ਆਹ, ਫਿਰ ਯਾਰ ਇਹ ਉੱਪਰ ਕਿਆ ਲਾ ਰੱਖਿਆ ਬਾਈ? ਇਹ ਭਾਈ ਆਪਾਂ ਡੈਬੋਂਸ ਤੇ ਟਵਿੱਟਰ ਲਾਏ ਆ। ਟਵਿੱਟਰ? ਹਾਂਜੀ ਡੈਬੋਂਸ ਤੇ। ਅੱਛਾ ਇਹ ਕੀ ਕਰਦੇ ਨੇ ਫਿਰ? ਇਹ ਭਾਈ ਛਨਕਾਰ ਛੂਰ ਜਿਹੜੀ ਹੁੰਦੀ ਆ ਉਹ ਵਧੀਆ ਕੁਆਲਿਟੀ ਨਾਲ ਦਿੰਦੇ ਆ। ਆਹਾ ਹਾਂਜੀ ਯਾਰ, ਜਿੱਦਾਂ ਹੁਣ ਆਹ ਗੱਡੀ 'ਚ ਇੰਨਾ ਖਰਚਾ ਕਰਤਾ, ਤੁਹਾਨੂੰ ਦੇਖ ਕੇ ਕਿਹਨੇ ਕਿਹੜਾ ਬੰਦਾ ਕਹਿੰਦਾ ਯਾਰ ਮੈਂ ਵੀ ਲਾਉਣਾ ਆ? ਭਾਈ ਆਪਣਾ ਆਪਣਾ ਸ਼ੌਂਕ ਆ। ਹਾਂ ਆਪਣੇ ਆਪਣੇ ਸ਼ੌਂਕ ਨਾਲ ਸਾਰਿਆਂ ਨੇ ਆਪਣੇ ਆਪਣੇ ਸ਼ੌਂਕ। ਸਭ ਤੋਂ ਮਹਿੰਗਾ ਸਿਸਟਮ ਕਿਹੜੀ ਗੱਡੀ 'ਚ ਲੱਗਿਆ ਭਾਈ? ਹਾਲੇ ਤਾਂ ਫਿਲਹਾਲ ਪਤਾ ਨਹੀਂ, ਆਪਾਂ ਆਪਣੀ ਸੈਂਟਰੋ 'ਚ ਜਿੰਨਾ ਆਪਾਂ ਸਭ ਤੋਂ ਹਾਈ ਐਂਡ ਸਿਸਟਮ ਲਾਇਆ ਹੋਇਆ। ਸੈਂਟਰੋ ਹੈ ਮੇਰੇ ਘਰ ਹੁੰਦੀ ਸੀ ਕੇਟਾਂ, ਸਾਡੇ ਤਾਏ ਵਾਲੀ ਸੈਂਟਰੋ, ਉਹ 1,00,000 ਰੁਪਏ ਦੀ ਲੈ ਕੇ ਆਈ ਸੀ ਅਸੀਂ ਸੈਕਿੰਡ ਹੈਂਡ, 3,00,000 ਰੁਪਇਆ, ਬਹੁਤ ਮਹਿੰਗਾ। ਉਹ ਸੱਤ ਮੱਖੀਆਂ ਚੜ੍ਹ ਜਾਣੇ ਜੱਟਾ, ਤੁਸੀਂ ਤਾਂ ਕਿੱਥੋਂ ਲੈ ਕੇ ਆਉਣੇ ਇੰਨੇ ਪੈਸੇ? ਫਿਰ ਆ ਉਹ ਭਾਈ ਇੱਕਦਮ ਕੋਈ ਪੈਸਾ ਨਹੀਂ ਲੱਗਾ, ਇਹ ਸਾਰਾ ਹੌਲੀ ਹੌਲੀ ਪੈਸਾ ਲੱਗਾ ਹੋਇਆ। ਇੱਕ ਵਾਰੀ ਜੇ ਪੈਸਾ ਬਣਦਾ ਵੀ ਹੌਲੀ ਹੌਲੀ ਆ, ਹਾਂਜੀ ਭਾਈ ਇਕੱਠਾ ਇਕੱਠਾ ਨਹੀਂ ਲਾਇਆ ਹੋਇਆ ਆਪਾਂ, ਐਵੇਂ ਝੂਠ ਨਹੀਂ ਬੋਲਣਾ ਆਪਾਂ, ਇਕੱਠਾ ਨਹੀਂ ਲਾਇਆ। ਇਹ ਕਿੰਨਾ ਕੁ ਟਾਈਮ ਲੱਗ ਗਿਆ ਲਾਉਂਦਿਆਂ ਨੂੰ ਇਹਨੂੰ? ਭਾਈ ਹੌਲੀ ਹੌਲੀ ਆਪਾਂ ਅਪਗ੍ਰੇਡ ਕਰਦੇ ਰਹਿੰਦੇ ਸਿਸਟਮ, ਹਜੇ ਵੀ ਕਰੀ ਜਾਂਦੇ ਆ, ਹਲੇ ਆਪਾਂ ਕੁਛ ਕੀਤਾ ਨਹੀਂ, ਹਲੇ ਹੁਣ ਐਂਪ ਅਪਗ੍ਰੇਡ ਦਾ ਕਰਨੇ ਆ ਆਪਾਂ। ਮਤਲਬ ਕਿਵੇਂ? ਪਾਈਨਰ ਦੇ 4 ਚੈਨਲ ਐਂਪ
ਯਾਰ ਮਹਿੰਗਾ ਸੌਦਾ ਦੇਖੋ ਕਮੈਂਟ ਕਰਨ ਵਾਲੇ ਬਹੁਤ ਕਰਦੇ ਨੇ ਭਾਈ ਦੇਖੋ ਜਿਹਨੂੰ ਸ਼ੌਂਕ ਆ ਯਾਰ ਉਹ ਨਸ਼ਾ ਨਹੀਂ ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਕਿਉਂਕਿ ਜਿਹਨੂੰ ਇਹ ਨਸ਼ਾ ਆ ਜਿਹਨੂੰ ਗੱਡ ਖਾਣੇ ਦਾ ਨਸ਼ਾ ਗੱਡੀਆਂ ਦਾ ਨਸ਼ਾ ਟਰੈਕਟਰਾਂ ਦਾ ਨਸ਼ਾ ਹੈ ਨਾ ਯਾਰ ਹੋਰ ਕੋਈ ਨਸ਼ਾ ਕਰਦਾ ਹੀ ਨਹੀਂ ਗੱਲਬਾਤ ਐਂ ਆ ਕਮੈਂਟ ਕਰਨ ਵਾਲੇ ਭਾਵੇਂ ਜੋ ਮਰਜ਼ੀ ਮਾੜਾ ਕਹੀ ਜਾਣ ਮਿੱਤਰੋ ਇਹ ਵੀ ਸ਼ੌਂਕ ਆ ਇਹ ਬਲੱਡ 'ਚ ਨੇ ਸਾਡੇ ਪੰਜਾਬੀਆਂ ਦੇ ਕਿ ਸਾਨੂੰ ਗੱਡੀਆਂ ਦਾ ਗੱਡ ਖਾਣੇ ਦਾ ਸ਼ੌਂਕ ਬਾਹਲਾ ਆ ਇਹ ਘੋੜੇ ਨੇ ਯਾਰ ਸਾਡੇ ਤੇ ਯਾਰ ਇੱਕ ਆਹ ਪਾ ਰੱਖੇ ਨੇ ਲਾਈ ਵੀਲ ਜੇ ਬਾਹਲੇ ਸੋਹਣੇ ਨੇ ਯਾਰ ਇਹ ਕਿੰਨੇ ਕਿਤੇ ਨੇ ਫਿਰ ਇਹ ਭਾਈ 32,000 ਦੇ ਹੈਗੇ ਆ ਅੱਛਾ ਇਹ 22,000 ਦੇ ਇਹ ਨੇ 32 32,000 ਦੇ 32,000 ਦੇ ਯਾਰ ਇਹ ਵੀ ਮਹਿੰਗੇ ਨੇ ਹਾਂਜੀ ਅਲੋਏ ਟਾਇਰ ਆ 16 ਇੰਚੀ ਇਹ ਉਹ ਗੱਡੀ ਆ ਜੀ ਬ੍ਰਾਂਡ ਨਿਊ ਤੂੰ ਦੇਖਿਆ ਭਾਈ ਉਹਦਾ ਸੱਚੀ ਹੱਥ ਆ ਕਿ ਇਸ ਸੈਂਟਰੋ ਗੱਡੀ 'ਤੇ ਕੋਈ ਬੰਦਾ ਇੰਨਾ ਕੁ ਖਰਚਾ ਕਰਦਾ ਹੋਵੇ ਭਾਜੀ ਨਹੀਂ ਹਾਂ ਲੋਕ ਕਹਿੰਦੇ ਮਨੀ ਵੇਸਟ ਆ ਪੁਰਾਣੀ ਗੱਡੀ 'ਤੇ ਪੈਸਾ ਲਾਉਣਾ ਹਾਂ ਲੋਕ ਕਹਿੰਦੇ ਇੰਨੇ ਜਿੰਨੇ ਪੈਸੇ ਇੱਥੇ ਲਾਉਣੇ ਨਵੀਂ ਗੱਡੀ ਆ ਜਾਣੀ ਇੰਨੇ ਦੀ ਗੱਲ ਤਾਂ ਸਹੀ ਆ ਇੰਨੇ 'ਚ ਸਵਿਫਟ ਆ ਜਾਂਦੀ ਹੈ ਨਾ ਸੈਕਿੰਡ ਮਾਰਕੀਟ 'ਚ ਵਧੀਆ ਕੋਈ 70-75,000 ਚੱਲੀ ਗਈ ਹਾਂਜੀ ਹਾਂਜੀ ਗੱਲ ਤਾਂ ਸਹੀ ਆ ਕਿ ਮੈਂ ਹੁਣ ਇਹ ਕਹਿ ਸਕਦਾ ਕਿ ਬਈ ਪੈਸਾ ਤੁਹਾਡਾ ਆਪਦਾ ਤੁਸੀਂ ਜਿੱਥੇ ਮਰਜ਼ੀ ਲਾਓ ਹਾਂਜੀ ਸ਼ੌਂਕ ਆ ਅੰਦਰ ਸੈਟੀਸਫੈਕਸ਼ਨ ਆ ਨਾ ਹਾਂਜੀ ਹਾਂਜੀ ਐਂ ਆ ਕਿ ਆਪ ਨੂੰ ਦੇਖ ਕੇ ਵੀ ਵਧੀਆ ਲੱਗਦਾ ਕਿ ਯਾਰ ਕਿ ਚਲੋ ਹੋਰ ਕੁਛ ਤਾਂ ਨਹੀਂ ਨਸ਼ੇ ਪੱਤੇ ਵਾਲੇ ਤਾਂ ਨਹੀਂ ਹੈਗੇ ਹਾਂਜੀ ਹਾਂਜੀ ਬਾਕੀ ਠੀਕ ਆ ਤੇ ਜਿਵੇਂ ਯਾਰ ਆਹ ਆ ਹੈ ਨਾ ਕਿ ਆਹ ਲਾਈਟਾਂ ਜਿਹੀਆਂ ਥੱਲੇ ਆ ਬਾਹਲੀਆਂ ਤਕੜੀਆਂ ਨਾਲ ਇਹ ਭਾਈ ਆਪਾਂ IPH ਪ੍ਰੋਜੈਕਟਰ ਪਾਏ ਆ ਅੱਛਾ ਇਹਦੇ ਅੰਦਰ ਆਪਾਂ ਮੈਕਸਲਿੰਕ 150 ਵਾਟ ਲਾਈਟਾਂ ਪਾਈਆਂ ਉੱਪਰ ਥੱਲੇ ਇਹਦਾ ਫਾਇਦਾ ਕੀ ਹੋ ਗਿਆ ਗੱਡੀ ਦਾ ਭਾਈ ਆਪਾਂ ਰਾਤ ਨੂੰ ਜਦੋਂ ਆਪਾਂ ਧੁੰਦ ਹੁੰਦੀ ਵਗੈਰਾ ਪੂਰੀ ਲਾਈਟ ਪੂਰੀ ਕਲੀਅਰ ਦਿੰਦਾ ਆਹਾ ਅੱਛਾ ਇਹ ਤਾਂ ਪਾ ਰੱਖੀ ਹੈ ਨਾ ਪੂਰੀ ਕਲੀਅਰੈਂਸ ਦਿਖਦਾ ਅੱਛਾ ਤੇ ਮਤਲਬ ਜੇ ਹੁਣ ਮੰਨ ਲਾ ਕਿਸੇ ਨੇ ਪੁੱਛਣਾ ਹੋਵੇ ਹੈ ਨਾ ਸਾਨੂੰ ਕਰਕੇ ਉਹ ਮੈਸੇਜ ਕਿ ਬਾਈ ਯਾਰ ਆ ਕਿੱਥੋਂ ਪਾਉਣੇ ਆ ਕੀ ਪਾਇਆ ਹਾਂਜੀ ਤੇ ਉਹ ID ਦੱਸ ਦੇ ਬਾਈ ਆਪਣੀ ਉਹ ਆਪਾਂ ਸੈਂਟਰੋ ਮੋਡੀਫਾਈਡ ਤੇ ਪੁੱਛ ਸਕਦੇ ਹਾਂ ਸੈਂਟਰੋ ਮੋਡੀਫਾਈਡ ਹੈ ਇਹ ID ਆਪਣੇ ਭਰਾ ਦੀ ਇਹਨੂੰ ਪੁੱਛ ਲਿਓ ਐਦਾਂ ਨਹੀਂ ਕਿ ਕੱਲੀ ਆਹੀ ਗੱਡੀ ਆ ਵੀ ਕੀ ਉਹ ਜ਼ੂਮ ਕਰਕੇ ਦਿਖਾਈ ਆ ਉਹਦੇ ਹੋਂਡਾ ਸਿਟੀ 'ਚ ਖੜੀ ਉਹ ਹੈ ਉਹ ਪਰਾਂ ਖੜੀ ਉਹ ਨਾ ਉਹ ਵੀ ਇਹਨਾਂ ਦੀ ਆ ਸ਼ੋਟ ਲੈ ਕੇ ਦਿਖਾ ਦੀ ਕਿ ਇਹਨਾਂ ਦੇ ਕੋਲ ਸੰਦ ਜਿਹੜੇ ਇੱਦਾਂ ਦੇ ਬਹੁਤ ਨੇ ਜਿਹਦੇ ਵਿੱਚ ਅੰਨਾ ਹੀ ਪੈਸਾ ਲਾ ਰੱਖਿਆ ਇਹਨਾਂ ਨੇ ਭਾਈ ਕਿਸੇ ਚੀਜ਼ ਦੀ ਵੀ ਇਨਕੁਆਇਰੀ ਹੋਵੇ ਤਾਂ ਆਪਾਂ ਸੈਂਟਰੋ ਮੋਡੀਫਾਈਡ ਤੁਸੀਂ ਕੰਟੈਕਟ ਕਰ ਸਕਦੇ ਹਾਂ ਹਾਂ ਤੁਸੀਂ ਕਰ ਸਕਦੇ ਹਾਂ ਮਤਲਬ ਇਹ ਵੀਡੀਓ ਐਂ ਨਹੀਂ ਕਿ ਬਾਈ ਕਿ ਅਸੀਂ ਕੋਈ ਸਮਾਜ ਸੁਧਾਰਨ ਲਈ ਕਰਦੇ ਹਾਂ ਜਾਂ ਕੁਛ ਨਜ਼ਾਰੇ ਲਓ ਬਸ ਸਵਾਦ ਲੈਣ ਨੂੰ ਕਰਦੇ ਹਾਂ ਅਸੀਂ ਵੀ ਲੈਂਦੇ ਹਾਂ ਲਿਆ ਕਰੋ ਤੁਸੀਂ ਸਵਾਦ ਹੈ ਅਤੇ ਬਾਕੀ ਮੈਂ ਤਾਂ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਭਰਾ ਨੂੰ ਵੀ ਫੋਲੋ ਕਰ ਲਿਓ ਜਿਹੜੇ ਆਪਣੇ ਕਰਨਾ ਚਾਹੁੰਦੇ ਨੇ ਇੱਦਾਂ ਦਾ ਕੰਮ ਹੈ ਅਤੇ ਤੁਹਾਡਾ ਅਤੇ ਆਪਣੇ ਭਰਾ ਦਾ ਥੈਂਕ ਯੂ ਧੰਨਵਾਦ ਬਾਈ ਨਜ਼ਾਰੇ ਲਓ ਯਾਰ ਵਧੀਆ ਕੰਮ ਆ ਲਾਦੇ ਘੱਟ